ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਦੇ ਨਾਲ, ਸੇਵ ਗੁਰਦੁਆਰਾਜ਼ ਐਂਡ ਟੈਂਪਲਸ ਆਫ ਪਾਕਿਸਤਾਨ ਦੇ ਨਾਲ, ਪੰਜਾਬ ਪੇਜ ਐਂਡ ਸਿੱਖ ਪੀਰੀਅਡ ਫੁੱਟਸਟੈਪਸ ਇਨ ਪਾਕਿਸਤਾਨ ਦੇ ਨਾਲ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ। ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਗੁਰਦੁਆਰਾ ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ, ਫੋਰਥ ਗੁਰੂ ਆਫ ਸਿੱਖ ਰਿਲੀਜਨ। ਮੇਰੇ ਨਾਲ ਨੇ ਇਸ ਵੇਲੇ ਗਿਆਨੀ ਜੀ ਮਹਿੰਦਰ ਸਿੰਘ ਸਾਹਿਬ ਜੀ। ਮੈਂ ਇਹਨਾਂ ਕੋਲ ਅੱਜ ਟਾਈਮ ਲਿਆ ਗੁਰਦੁਆਰੇ ਦੀ ਦਰਸ਼ਨ ਕਰਨ ਵਾਸਤੇ, ਅਤੇ ਆਓ ਵੀਰ ਜੀ ਹੁਣਾਂ ਨਾਲ ਅਸੀਂ ਗੁਰਦੁਆਰੇ ਦੇ ਦਰਸ਼ਨ ਕਰਨੇ ਆ। ਗਿਆਨੀ ਜੀ ਪਲੀਜ਼। ਇਹ ਜੀ ਪਰਸਪੈਕਟਿਵ ਵਿਊ ਹੈ ਗੁਰਦੁਆਰਾ ਸਾਹਿਬ ਦਾ, ਜਨਮ ਅਸਥਾਨ ਗੁਰੂ ਮਹਾਰਾਜ ਸ੍ਰੀ ਰਾਮਦਾਸ ਜੀ ਦਾ ਜਨਮ ਅਸਥਾਨ ਹੈ। ਇਸ ਦੀ ਪਹਿਲੀ ਸੇਵਾ ਜਿਹੜੀ ਹੈ, ਇਹ ਖੂਬਸੂਰਤ ਗੁਰਦੁਆਰੇ ਦੀ ਬੁਨਿਆਦ ਜਿਹੜੀ ਸੀ, ਮਹਾਰਾਜਾ ਰਣਜੀਤ ਸਿੰਘ ਦੀ ਵਾਈਫ ਮਹਾਰਾਣੀ ਨਕਾਇਨ ਜੀ ਨੇ ਰਖਵਾਈ ਮਹਾਰਾਜਾ ਖੜਕ ਸਿੰਘ ਦੀ ਪੈਦਾਇਸ਼ ਦੇ ਉੱਤੇ। ਮੈਂ ਥੋੜ੍ਹੀ ਜਿੰਨੀ ਪਹਿਲੇ ਇਹਦੇ 'ਤੇ ਹਿਸਟਰੀ 'ਤੇ ਰੋਸ਼ਨੀ ਪਾਉਂਦਾ ਜਾਵਾਂ। ਸਭ ਤੋਂ ਪਹਿਲੇ ਜਦੋਂ ਮਹਾਰਾਣੀ ਨਕਾਇਨ ਨੇ ਇਹ ਗੁਰਦੁਆਰਾ ਸਾਹਿਬ ਬਣਵਾਇਆ, ਅਤੇ ਇਹ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਇੰਟੀਰੀਅਰ ਜਿਹੜੀ ਹੈ ਉਹ ਕਾਪੀ ਕੀਤੀ ਗਈ ਹੈ। ਫਿਰ ਉਸ ਤੋਂ ਬਾਅਦ ਜਿਹੜੀ ਸੀ ਇਹ ਕਾਰ ਸੇਵਾ ਜਿਹੜੀ ਹੈ, ਬਾਬਾ ਜਗਤਾਰ ਸਿੰਘ ਸਾਹਿਬ ਜੀ ਤਰਨ ਤਾਰਨ ਵਾਲੇ, ਉਹਨਾਂ ਨੇ ਇਸ ਸ਼ੇਪ ਦੇ 'ਚ ਇਹਨਾਂ ਨੂੰ ਲੈ ਕੇ ਆਇਆ। ਇਹ ਗ੍ਰੈਜੂਅਲੀ ਇਹਨਾਂ ਦਾ ਸਾਰਾ ਜਿਹੜਾ ਹੈ ਗੁਰਦੁਆਰਾ ਸਭ ਤੋਂ ਪਹਿਲੇ ਇਸ ਸ਼ੇਪ 'ਚ ਸੀ, ਉਸ ਤੋਂ ਬਾਅਦ ਫਿਰ ਇਸ ਸ਼ੇਪ ਦੇ ਵਿੱਚ ਆਇਆ, ਫਿਰ ਇਸ ਸ਼ੇਪ ਦੇ ਵਿੱਚ ਆਇਆ। ਇਹ ਸਕ੍ਰਿਪਟ ਜਿਹੜੇ ਨੇ ਮੈਂ ਤੁਹਾਨੂੰ ਦਿਖਾਵਾਂ ਗੁਰਮੁਖੀ ਦੇ, ਇਹ ਤੁਸੀਂ ਗੁਰਮੁਖੀ ਦੇ ਸਕ੍ਰਿਪਟ ਜਿਹੜੇ ਨੇ ਇਹ ਦੇਖ ਲਵੋ। ਗੁਰੂ ਮਹਾਰਾਜ ਇੱਥੇ 9 ਅਕਤੂਬਰ 1534 ਦੇ ਵਿੱਚ ਜਿਹੜੇ ਨੇ ਉਹਨਾਂ ਦਾ ਜਨਮ ਇੱਥੇ ਹੋਇਆ। ਮੈਂ ਤੁਹਾਨੂੰ ਜਨਮ ਵਾਲੀ ਜਗ੍ਹਾ ਵੀ ਦਿਖਾਉਣਾ ਕਿ ਗੁਰੂ ਮਹਾਰਾਜ ਕਿੱਥੇ ਪੈਦਾ ਹੋਏ ਸਨ। ਇਹ ਖੂਬਸੂਰਤ ਆਰਟਵਰਕ ਸ਼ਾਇਦ ਪਾਕਿਸਤਾਨ ਦੇ ਕਿਸੇ ਵੀ ਗੁਰੂ ਘਰ ਦੇ ਵਿੱਚ ਇੰਨਾ ਬਾਰੀਕੀ ਨਾਲ ਇਹ ਕੰਮ ਨਹੀਂ ਕੀਤਾ ਗਿਆ ਜਿਹੜਾ ਕਿ ਜਨਮ ਅਸਥਾਨ ਗੁਰਦੁਆਰਾ ਸ੍ਰੀ ਰਾਮਦਾਸ ਜੀ। ਇਹ ਦੇਖੋ ਕਿਸ ਕਦਰ ਖੂਬਸੂਰਤ ਔਰ ਕਿਸ ਕਦਰ ਇਹਦਾ ਸਟੋਨ ਵਰਕ ਹੋਇਆ ਹੈ। ਨਿਸ਼ਾਨ ਸਾਹਿਬ ਇਹ ਅੰਦਰੂਨ ਲਾਹੌਰ ਵਾਲ ਸਿਟੀ ਦੇ ਵਿੱਚ ਚੂਨਾ ਮੰਡੀ ਦਾ ਜਿਹੜਾ ਮੇਨ ਬਾਜ਼ਾਰ ਹੈ ਉਸ ਦੇ ਵਿੱਚ ਹੈ। ਗਿਆਨੀ ਜੀ ਪਲੀਜ਼ ਆਓ ਤੁਸੀਂ ਜ਼ਰਾ। ਜੀ ਗਿਆਨੀ ਜੀ ਤੁਸੀਂ ਪੜ੍ਹ ਕੇ ਅਤੇ ਜ਼ਰਾ ਨਾਲ ਨਾਲ ਸੁਣਾਉਂਦੇ ਜੋ। ਜਨਮ ਅਸਥਾਨ ਸ੍ਰੀ ਗੁਰੂ ਰਾਮਦਾਸ ਜੀ ਚੁਣਾਉ ਜਿਲ੍ਹਾ ਹੋ ਸਿੱਧੇ ਚਲੋ ਪਲੀਜ਼। ਹੈ ਜੀ ਖੂਬਸੂਰਤ ਬਹੁਤ ਹੀ ਪਿਆਰਾ ਅਸਥਾਨ ਹੈ। ਇੱਥੇ ਸਿੱਖ ਧਰਮ ਦੇ ਫੋਰਥ ਗੁਰੂ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਔਰ ਇਹ ਜਗ੍ਹਾ ਇਸ ਜਗ੍ਹਾ ਨੂੰ ਮਹਿਫੂਜ਼ ਕਰ ਲਿੱਤਾ ਗਿਆ। ਇੱਥੇ ਗੁਰੂ ਮਹਾਰਾਜ ਇਸ ਜਗ੍ਹਾ ਦੇ ਉੱਤੇ ਇਸ਼ਨਾਨ ਕਰਵਾਇਆ ਗਿਆ ਸੀ। ਇੱਥੇ ਇਸ਼ਨਾਨ ਕਰਵਾਇਆ ਗਿਆ ਸੀ ਪੈਦਾਇਸ਼ ਤੋਂ ਬਾਅਦ। ਗੁਰਦੁਆਰਾ ਜਿਹੜਾ ਇਹ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ, ਬਹੁਤ ਪਿਆਰਾ ਕੰਮ ਹੋਇਆ ਹੋਇਆ। ਇਹ ਦੇਖੋ ਜੀ, ਇਹ ਇੰਟੀਰੀਅਰ ਕਾਪੀ ਹੈ ਅੰਦਰੋਂ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ,
ਗੋਲਡਨ ਟੈਂਪਲ ਤੋਂ ਮੈਂ ਬਹੁਤ ਗੁਰਦੁਆਰੇ ਤੁਹਾਨੂੰ ਦਿਖਾਏ ਨੇ, ਲੇਕਿਨ ਇਤਨੀ ਖੂਬਸੂਰਤ ਛੱਤ ਕਿਸੇ ਵੀ ਗੁਰਦੁਆਰੇ ਦੀ ਲਾਹੌਰ ਵਿੱਚ ਨਹੀਂ ਹੈ ਜਿੰਨੀ ਖੂਬਸੂਰਤ ਛੱਤ ਇਸ ਗੁਰਦੁਆਰਾ ਸਾਹਿਬ ਦੀ ਹੈ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਮੇਰੇ ਨਾਲ ਨੇ ਬਾਈ ਮਨਿੰਦਰ ਸਿੰਘ ਜਿਹੜੇ ਕਿ ਇਸ ਗੁਰਦੁਆਰੇ ਦੇ ਗਿਆਨੀ ਸਾਹਿਬ ਨੇ, ਮੈਂ ਅੱਜ ਉਹਨਾਂ ਦੇ ਨਾਲ ਹਾਂ। ਮੈਂ ਅੱਜ ਇਸ ਤਰੀਕੀ ਮੁਕਾਮ 'ਤੇ ਹਾਂ, ਮੇਰੇ ਲਈ ਬੜੇ ਫਖਰ ਦੀ ਬਾਇਸ ਹੈ ਕਿ ਸਿੱਖ ਮਤ ਦੇ ਜਿਹੜੇ ਫੋਰਥ ਗੁਰੂ ਸਨ ਗੁਰੂ ਰਾਮਦਾਸ ਜੀ, ਉਹਨਾਂ ਦਾ ਜਨਮ ਇਸ ਜਗ੍ਹਾ 'ਤੇ ਹੋਇਆ। ਮੈਂ ਅੱਜ ਇਸ ਪਵਿੱਤਰ ਸਥਾਨ ਦੇ ਉੱਤੇ ਆਇਆ ਹਾਂ ਔਰ ਤੁਹਾਨੂੰ ਸਭ ਨੂੰ ਮੈਂ ਇਹ ਅਸਥਾਨ ਦਿਖਾਉਣ ਵਾਸਤੇ ਇੱਥੇ ਲੈ ਕੇ ਆਇਆ ਹਾਂ ਕਿ ਇਹ ਜਗ੍ਹਾ ਦੇਖੋ ਤੁਸੀਂ ਕਿੰਨੀ ਖੂਬਸੂਰਤ ਔਰ ਕਿੰਨੀ ਸੁੰਦਰ ਔਰ ਕਿੰਨੀ ਵੈਲ ਮੇਨਟੇਨ ਹੈ। ਇਹ ਸੰਗਤ ਔਰ ਵੀਡੀਓ ਟਰੱਸਟ ਦੋਨੋਂ ਮਿਲ ਕੇ ਜਿਹੜੇ ਨੇ ਇਸ ਨੂੰ ਗੁਰਦੁਆਰੇ ਨੂੰ ਉਹ ਚਲਾ ਰਹੇ ਨੇ, ਔਰ ਇਹਦਾ ਨਜ਼ਮੋ ਨਸ ਜਿਹੜਾ ਹੈ ਗੌਰਮੈਂਟ ਵੀ ਹੈ, ਗੌਰਮੈਂਟ ਕੋਲ ਵੀ ਹੈ ਔਰ ਸਿੱਖ ਸੰਗਤ ਕੋਲ ਵੀ ਹੈ। ਸਭ ਮਿਲ ਕੇ ਇਸ ਅਸਥਾਨ ਨੂੰ ਸਜਾਏ ਹੋਏ ਨੇ, ਖੂਬਸੂਰਤ ਬਣਾਏ ਹੋਏ ਨੇ। ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਸੇਮ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ, ਸੇਮ ਗੁਰਦੁਆਰਾਸ ਐਂਡ ਟੈਂਪਲਸ ਆਫ ਪਾਕਿਸਤਾਨ, ਸਿੱਖ ਪੀਰੀਅਡ ਫੂਡ ਸਟੈਪਸ ਇਨ ਪਾਕਿਸਤਾਨ ਔਰ ਪੰਜਾਬ ਪੇਜ ਯੇ ਹੈ ਮੇਰਾ ਪਾਕਿਸਤਾਨ, ਤਮਾਮ ਪੇਜਿਸ ਦੇ ਨਾਲ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਫਿਰ ਹਾਜ਼ਰ ਹੋਵਾਂਗਾ ਕਿਸੇ ਇੱਕ ਨਵੇਂ ਗੁਰਦੁਆਰੇ ਦੇ ਨਾਲ, ਕਿਸੇ ਨਵੇਂ ਇੱਕ ਮੰਦਰ ਦੇ ਨਾਲ, ਕਿਸੇ ਖੂਬਸੂਰਤ ਅਸਥਾਨ ਦੇ ਨਾਲ ਮੈਂ ਤੁਹਾਨੂੰ ਫਿਰ ਦੁਬਾਰਾ ਮੈਂ ਦਿਖਾਵਾਂਗਾ। ਅਤੇ ਇਹ ਅੱਜ ਦਾ ਮੇਰਾ ਸਫ਼ਰ ਜਿਹੜਾ ਸੀ ਉਹ ਸੀ ਚੂਨਾ ਮੰਡੀ ਦੇ ਵਿੱਚ, ਵਰਲਡ ਸਿਟੀ ਲਾਹੌਰ ਦੇ ਵਿੱਚ, ਔਰ ਮੇਰੇ ਨਾਲ ਨੇ ਇਸ ਗੁਰਦੁਆਰੇ ਦੇ ਗਿਆਨੀ ਜੀ। ਗਿਆਨੀ ਜੀ ਮਾਸ਼ਾਅੱਲਾ, ਤੁਹਾਡੀ ਆਪਣੇ ਮੁਤਲਕ ਤੁਸੀਂ ਸਾਨੂੰ ਕੁਝ ਥੋੜ੍ਹਾ ਜਿਹਾ ਦੱਸੋ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸਭ ਨੂੰ ਬਹੁਤ ਖੁਸ਼ੀ ਹੋਏਗੀ ਕਿ ਅੰਦਰੂਨ ਲਾਹੌਰ ਵਿੱਚ ਸੋਢੀ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜਨਮ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਔਰ ਬਾਬਾ ਜੀ ਆਪ ਜੀ ਨੂੰ ਦਰਸ਼ਨ ਕਰਾ ਰਹੇ ਨੇ ਜੀ। ਇਹਨਾਂ ਦੀ ਬਹੁਤ ਵੱਡੇ ਭਾਗ ਹਨ। ਅਤੇ ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਜੀ ਵੀ ਕੋਸ਼ਿਸ਼ ਕਰੋ ਗੁਰਧਾਮਾਂ ਦੀ ਸੇਵਾ, ਗੁਰਧਾਮਾਂ ਦੇ ਦਰਸ਼ਨ ਕਰਨ ਦੇ ਆਓ ਜੀ, ਜੀਆ ਨੂੰ ਸਮੂਹ ਸੰਗਤਾਂ ਨੂੰ। ਔਰ ਇਹ ਜਿਹੜੇ ਆਪ ਜੀ ਦਰਸ਼ਨ ਕਰੇ ਗੁਰਦੁਆਰਾ ਸਾਹਿਬ ਦੀ, ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਵੱਡਾ ਪੁੱਤਰ ਹੋਇਆ ਬਾਬਾ ਖੜਕ ਸਿੰਘ, ਅਤੇ ਉਹਦੀ ਖੁਸ਼ੀ 'ਚ ਮਹਾਰਾਣੀ ਨੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਸੀ, ਨਕਸ਼ਾ ਲਿਆ ਸੀ ਗੋਲਡਨ ਟੈਂਪਲ ਤੋਂ, ਜੋ ਆਪ ਜੀ ਅੱਜ ਦਰਸ਼ਨ ਕਰੇ ਹੋ। ਇਸ ਗੁਰਦੁਆਰਾ ਸਾਹਿਬ ਦਾ ਬਹੁਤ ਹਸਪਤਾਲ ਸੀ ਪਾਕਿਸਤਾਨ ਗੌਰਮੈਂਟ ਔਰ ਕਾਰ ਸਿੰਘ ਜਗਤਾਰ ਸਿੰਘ ਜੀ ਆਪਸ ਤਾਲਮੇਲ ਕਰਕੇ ਇਸ ਗੁਰਦੁਆਰਾ ਸਾਹਿਬ ਨੂੰ ਦੁਬਾਰਾ ਉਸੀ 'ਤੇ ਦੁਬਾਰਾ ਬਣਾਇਆ ਗਿਆ ਔਰ ਇਸ ਨੂੰ ਨਵਾਂ ਅੱਜ ਜੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰੂ ਰਾਮਦਾਸ ਜੀ ਮਹਾਰਾਜ ਜੀ ਜਨਮ ਸਥਾਨ ਦੇ। ਇਹ ਬਹੁਤ ਹੀ ਖੂਬਸੂਰਤ ਔਰ ਬਹੁਤ ਹੀ ਖੂਬਸੂਰਤ ਤਰੀਨ ਜੋ ਗੁਰੂ ਬਾਬਾ ਜੀ ਜਗਤਾਰ ਸਿੰਘ ਜੀ ਨੇ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ, ਆਪ ਜੀ ਸਮੂਹ ਸੰਗਤਾਂ ਨੂੰ ਪ੍ਰੇਰਨਾ ਹੈ, ਬੇਨਤੀ ਹੈ ਆਪ ਜੀ ਵੀ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਔਰ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਮੈਸੇਜ ਜੀ ਗ੍ਰੰਥੀ ਸਾਹਿਬ ਦਾ, ਔਰ ਇੱਥੇ ਮੇਰੇ ਨਾਲ ਇੱਕ ਭਾਈ ਨੇ, ਇਹ ਸੇਵਾਦਾਰ ਨੇ, ਇਹ ਮੁਸਲਿਮ ਨੇ, ਇੱਕ ਇੱਥੇ ਮੇਰੇ ਕੋਲ ਸੇਵਾਦਾਰ ਭਾਈ ਨੇ, ਉਹ ਮੈਂ ਹਿੰਦੂ ਵੀ ਨੇ। ਮੈਂ ਬੜਾ ਖੁਸ਼ ਹੋਇਆ ਵਾਂ ਇੱਕ ਹੀ ਗੁਰਦੁਆਰੇ ਦੇ ਵਿੱਚ ਤਿੰਨ ਮਜ਼ਹਬਾਂ ਦੇ ਲੋਕ ਜਿਹੜੇ ਨੇ ਉਹ ਸੇਵਾ ਕਰ ਰਹੇ ਨੇ। ਕੀ ਨਾਮ ਹੈ ਭਾਈ ਜੀ ਤੁਹਾਡਾ? ਫਖਰ ਅਲੀ। ਇਹ ਭਾਈ ਜੀ ਸੇਵਾ ਕਰ ਰਹੇ ਨੇ, ਵੀ ਕਿਊ ਟਰੱਸਟ ਵੱਲੋਂ ਇੱਥੇ ਜੋਬ ਕਰ ਰਹੇ ਨੇ, ਅਤੇ ਇੱਕ ਭਾਈ ਹਿੰਦੂ ਸਨ ਜਿਹੜੇ ਉਹ ਵੀ ਇੱਥੇ ਸੇਵਾ ਕਰ ਰਹੇ ਨੇ। ਕੀ ਨਾਮ ਹੈ ਉਹਨਾਂ ਦਾ? ਰਾਮ ਪ੍ਰਸ਼ਾਦ ਦੇ ਨਾਮ ਤੋਂ ਹੈ। ਅਤੇ ਦੇਖੋ ਇੱਕ ਕਿੰਨੀ ਖੂਬਸੂਰਤ ਮਿਸਾਲ ਹੈ ਪਾਕਿਸਤਾਨ ਦੇ ਅੰਦਰ, ਸ਼ਾਇਦ ਬਹੁਤ ਕਮ ਜਗ੍ਹਾ 'ਤੇ ਇਸ ਤਰ੍ਹਾਂ ਹੁੰਦਾ ਹੋਏਗਾ
कि बहुत कम जगह के उ देखने दे तो आया होगा कि तीन तीन धर्म के लोग जड़े ने एक गुरु घर की खिदमत कर रहे हैं, एक सिख है, एक मुसलमान है और एक हिंदू है। बाबा गुरु नानक साहब का जोड़ा फरमान से जोड़ा प्यार से उन्हों का तमाम दुनिया वास्ते सी, उन्हों का अमन का मैसेज, प्यार का मैसेज। देखो पाकिस्तान दे विच फिर दोबारा उही मैसेज जोड़ा तुहाडे सामने आ रहा, जिहड़ी गल मैं तुहानू कहना चाह रहा वा कि गुरुद्वारे की सेवा जिहड़ी है तीनों धर्म रल के, एक नहीं तीनों धर्म रल के जिहड़े ने वो सेवा कर रहे हैं। हिंदू भाई भी है, सिख भाई भी है, मुसलमान भी है, तमाम लोग जड़े ने दिल दे नाल गुरु घर की खिदमत कर रहे हैं। मैं थोड़ा अपना होस्ट बाबा जी, सेव हिस्टोरिकल प्लेसिस ऑफ द पाकिस्तान, सेव गुरुद्वाराज एंड टेंपल्स ऑफ पाकिस्तान, सिख पीरियड फुटस्टेप्स इन पाकिस्तान। मैं आज थानू लेके आया वहाँ गुरुद्वारा जन्म स्थान श्री गुरु रामदास जी, फोर्थ गुरु सिख मत दे, और उन्हां दी पैदाइश इस जगह पर हुई सी चूना मंडी लाहौर के अंदर। दोबारा मैं दर्शन करांदा जावां, यह पवित्र स्थान है जिथे गुरु महाराज नूं पहला गुसल दिता गया। आओ मैं तुहानूं गुरुद्वारे दे ठीक मैं बैठ बैठ से कर लूँगा जी। मेरा ख्याल अरदास का टाइम शुरू हो रहा है। हाँ जी पाठ साहब जरा गुरु महाराज का मैं कुआं तुहानूं दिखांदा जावां। ये खूह है गुरु जी दे घर दा। गुरुद्वारा श्री जन्म स्थान गुरु रामदास जी, फोर्थ गुरु आज दी शाम मेरी तमाम लाहौर दी संगत दे नाम और तमाम सिख संगत दे नाम, मैं थोड़ा अपना होस्ट बाबा जी, सेव गुरुद्वारा एंड टेंपल्स ऑफ पाकिस्तान, सिख पीरियड फुटस्टेप्स इन पाकिस्तान।